ਜਾਂਦਾ ਸੀ ਨੇ ਇੱਕ ਫੋਟੋ ਕਰਾ ਲਿਆ ਆ ਜਾ ਇੱਥੇ ਬਹਿ ਜਾ ਨਾ ਸੰਬੰਧਿਤ ਨੌਜਵਾਨ ਮੁੰਡੇ ਛੋਟੇ ਬੱਚੇ ਵੀ ਨੇ, ਇੱਕ ਤਾਂ ਮੇਰੇ ਨਾਲ ਹੀ ਆਇਆ ਇੱਥੋਂ ਚੜ੍ਹ ਕੇ, ਔਰ ਮੈਂ ਹੈਰਾਨੀ ਮੈਨੂੰ ਬੜੀ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਹੋਈ। ਇੱਕ ਬੱਚਾ ਜੋ ਕਿੱਥੇ ਮਰਿੰਦਰ ਆ ਨਾ, ਮਰਿੰਦਰ ਹੱਥ ਕਰਦਾ ਨੀ, ਆਪਦੇ ਘਰ ਦੇ ਮੂਹਰੇ ਖੜਾ ਸੀ, ਘਰ ਦੇ ਮੂਹਰੇ ਖੜਾ ਸੀ। ਇਹਦੀ ਹਿੰਮਤ ਦੇਖੋ, ਆਏ ਹੱਥ ਕਰਦਾ ਨੀ, ਕਹਿੰਦਾ ਫੋਟੋ ਖਿਚਾਉਣੀ ਹੈ। ਮੈਂ ਰੋਕ ਲਈ ਗੱਡੀ, ਮੈਂ ਤੂੰ ਗੱਡੀ ਮੇਰੇ ਨਾਲ ਹੀ ਬੈਠ ਗੋਦੀ ਚ। ਫਿਰ ਮੈਨੂੰ ਪੁੱਛਿਆ ਆਉਂਦੇ ਹੋਏ, ਮੈਂ ਕਿਹਾ ਪਹਿਲਾਂ ਤਾਂ ਨੀ ਪੇਂ ਪੀ ਰੋਕਿਆ, ਮੈਂ ਉਹ ਕਿੱਥੇ ਫੜਦੇ ਨੇ। ਕਿਵੇਂ ਲੱਗਿਆ ਮੈਂ ਗੱਡੀ ਲੱਗੇ? ਅੱਛਾ, ਤੂੰ ਫਿਰ ਕਿਸੇ ਹੋਰ ਲੀਡਰ ਦੀ ਗੱਡੀ ਨੀ ਰੁੱਕ ਕਰਿਆ? ਕਿਉਂ ਨੀ ਰੁਕਦਾ ਯਾਰ? ਕੋਈ ਇਹਨੂੰ ਇਸ ਗੱਡੀ ਦਾ ਮਾਲਕ ਬਣਾ ਲੈਂਦਾ, ਠੀਕ ਹੈ ਨਾ? ਆਪ ਲੀਡਰ ਬਣੋ, ਆਪਾਂ ਕਿਉਂ ਕਿਸੇ ਨੂੰ ਉਹਨਾਂ ਨੂੰ ਲੀਡਰ ਬਣਾਈਏ, ਪਿੰਡ ਦੇ ਵਿੱਚੋਂ ਆਪ ਲੀਡਰ ਬਣਾ ਸਕਦਾ, ਠੀਕ ਹੈ ਨਾ? ਪੜ੍ਹਨਾ ਬਸ, ਠੀਕ। ਸੋ ਵੀਰੋ, ਇਹ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਆਪਾਂ ਸਾਰਾ ਕੁਛ ਹੀ ਕਰ ਰਹੇ ਹਾਂ। ਸੋ ਅੱਜ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ,
ਪੱਟੀਵਾਲ ਦੀ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਜਿੱਤੇ ਨੇ ਅੱਜ ਅਤੇ ਹੁਮਣਵਾਲ ਪਿੰਡ ਦੀ ਜਿਹੜੀ ਸੈਕਿੰਡ ਆਈ ਹੈ ਟੀਮ। ਦੇਖੋ ਮੈਚ ਹਾਰਨਾ ਜਿੱਤਣਾ ਕੋਈ ਵੱਡੀ ਗੱਲ ਨਹੀਂ ਹੋਈ। ਅੱਜ ਹੁਮਣਾ ਦੀ ਟੀਮ ਇੱਥੇ ਫਾਈਨਲ ਹਾਰ ਗਈ, ਉਹ ਸਾਡਾ ਉਹ ਪਰਸੋਂ ਨੂੰ ਕਿਸੇ ਹੋਰ ਪਿੰਡ 'ਚ ਜਿੱਤੀਏ, ਪਰ ਗੇਮ ਨਹੀਂ ਹਾਰਨੀ ਚਾਹੀਦੀ। ਮੈਂ ਕਿਤੇ ਵੀ ਜਾ ਕੇ ਗੱਲ ਕਹਿੰਦਾ ਕਿ ਮੈਚ ਹਾਰ ਜਿੱਤ ਕੁਛ ਨਹੀਂ ਹੁੰਦਾ, ਖੇਡ ਨਹੀਂ ਹਾਰਨੀ ਚਾਹੀਦੀ, ਇਮਾਨਦਾਰੀ ਨਾਲ ਖੇਡੋ। ਇੱਕੋ ਹੀ ਚੀਜ਼ ਹੈ, ਅੱਜ ਵੀ ਮੈਂ ਇਹੀ ਗੱਲ ਬੋਲ ਕੇ ਆਇਆ। ਮਾਨਸਾ ਦੇ ਕੋਲ ਪਿੰਡ ਸੀਗਾ ਕੋਟਲੀ, ਕਬੱਡੀ ਟੂਰਨਾਮੈਂਟ ਸੀਗਾ ਉੱਥੇ, ਅਸੀਂ ਮੈਂ ਲੇਟ ਹੋ ਗਿਆ ਉੱਥੋਂ ਕਿ ਇੱਕ ਮੈਂ ਬੋਲ ਕੇ ਕਿ ਇੱਕੋ ਹੀ ਚੀਜ਼ ਹੈ ਗੇਮ। ਖੜੇ ਨੇ ਪੱਟੀਆਂ ਵਾਲੇ, ਹਾਂ ਖੜੇ ਨੇ ਸਾਹਮਣੇ ਖੜੇ। ਇੱਕੋ ਹੀ ਚੀਜ਼ ਹੈ ਗੇਮ ਕਿ ਜਿਹਦੇ ਵਿੱਚ ਹਾਰਨ ਵਾਲਾ ਜਿੱਤਣ ਵਾਲੇ ਨਾਲ ਗਰਾਊਂਡ ਦੇ ਵਿੱਚ ਹੱਥ ਮਿਲਾਉਂਦਾ ਅਤੇ ਉਹਨੂੰ ਵਧਾਈ ਦਿੰਦਾ ਕਿ ਵੀ ਉਹ ਜਿੱਤ ਗਿਆ, ਨਹੀਂ ਹੋਰ ਕਿਸੇ ਚੀਜ਼ 'ਚ ਹਾਰਨ ਵਾਲਾ ਜਿੱਤਣ ਵਾਲੇ ਨਾਲ ਹੱਥ ਨਹੀਂ ਮਿਲਾਉਂਦਾ। ਜਦੋਂ ਮੁਲਕਾਂ ਦੀ ਲੜਾਈ ਲੱਗਦੀ ਹੈ, ਜਿਹੜਾ ਮੁਲਕ ਹਾਰ ਜਾਂਦਾ ਹੱਥ ਨਹੀਂ ਮਿਲਾਉਂਦਾ ਨਾ ਵਧਾਈ ਦੇਵੇ, ਉਹ ਕਹਿੰਦਾ ਕੋਈ ਗੱਲ ਨਹੀਂ ਹਥਿਆਰ ਇਕੱਠੇ ਕਰਕੇ ਹੋਰ ਵੱਡਾ ਹਮਲਾ ਕਰਾਂਗੇ, ਉਸ ਮੁਲਕ ਨਾਲ ਵੈਰ ਪੈ ਜਾਂਦਾ ਜੀ। ਅਤੇ ਅਦਾਲਤ ਦੇ ਵਿੱਚ ਮੁਕੱਦਮਾ ਕੋਈ ਹਾਰ ਜੇ ਤਾਂ ਵਧਾਈ ਨਹੀਂ ਦਿੰਦਾ ਉਹਨੂੰ ਜਿਹੜਾ ਜਿੱਤ ਗਿਆ, ਉਹ ਕਹਿੰਦਾ ਕੋਈ ਗੱਲ ਨਹੀਂ ਸੁਪਰੀਮ ਕੋਰਟ ਜਾਵਾਂਗੇ। ਕਿਤੇ ਵੀ ਹਾਰਨ ਵਾਲਾ ਜਿੱਤਣ ਵਾਲੇ ਨੂੰ ਵਧਾਈ ਨਹੀਂ ਦਿੰਦਾ, ਸਿਰਫ ਸਪੋਰਟਸ ਦੇ ਵਿੱਚ ਹੋ ਸਕਦਾ ਹੈ, ਖੇਡਾਂ ਦੇ ਵਿੱਚ ਬਣ। ਵੀਰੋ ਜਿਹੜੇ ਤੁਸੀਂ, ਮੈਂ ਬਹੁਤ ਵੱਡਾ ਸਪੋਰਟਸ ਨੂੰ ਪਿਆਰ ਕਰਨ ਵਾਲਾ, ਪਹਿਲੇ ਦਿਨੋਂ ਹੀ, ਅੱਜ ਤੋਂ ਨਹੀਂ, ਛੇਵੀਂ ਸੱਤਵੀਂ 'ਚ ਜਦੋਂ ਇਹਦੇ ਜਿੱਦਾਂ ਹੁੰਦਾ ਸੀ, ਉਦੋਂ ਮੈਂ ਟੈਨਿਸ ਦੇ ਮੈਚ ਦੇਖਦਾ ਹੁੰਦਾ ਸੀ ਪਿੰਡ ਸਟੋਜ ਆਉਂਦੇ, ਦੂਰਦਰਸ਼ਨ 'ਤੇ ਹੁੰਦੇ ਸੀ ਇਕੱਲੇ, ਸਮਝ ਮੈਨੂੰ ਆਉਂਦੀ ਹੁੰਦੀ ਸੀ ਕਿਵੇਂ ਕੀ ਖੇਡਦੇ ਨੇ। ਬਾਅਦ 'ਚ ਮੈਨੂੰ ਹੌਲੀ ਹੌਲੀ ਸਮਝ ਆਉਣ ਲੱਗੀ, ਉਹਦੀ ਮਤਲਬ ਅੱਠਵੀਂ ਨੌਵੀਂ 'ਚ ਸਮਝਣ ਲੱਗ ਗਿਆ ਸੀ। ਉਸ ਵੇਲੇ ਮਾਰਟੀਨਾ ਨਵਰਾਤੀ ਲੋਵਾ, ਸਟੈਫੀ ਗਰਾਫ, ਗੈਬਰੀਲਾ ਸਵਾਤੀਨੀ, ਸਟੀਫਨ ਐਡਵਰਗ, ਬੌਬ ਬੈਕਰ ਅਤੇ ਜੌਨ ਮਕੈਂਡਲੋ ਵਰਗੇ ਪਲੇਅਰ ਸੀਗੇ। ਆ ਤਾਂ ਹੁਣ ਆਏ ਨੇ ਮੁੰਡੇ ਜਿਹੜੇ ਨਵੇਂ ਨੇ, ਰਡੇ ਫਰਨਲ ਜਿਹੜਾ ਨਡਾਲ ਅਤੇ ਰੋਜਰ ਫੈਡਰਰ, ਇਹ ਤਾਂ ਬਹੁਤ ਨਵੇਂ ਨੇ, ਉਹ ਤੋਂ ਪਹਿਲਾਂ ਆਂਦਰੇ ਗਾਸੀ ਆਇਆ ਸੀਗਾ, ਸੋ ਪੀਟ ਸੈਂਪਰਾਸ ਸੀ। ਮੈਂ ਬਹੁਤ ਜ਼ਿਆਦਾ ਖੇਡਾਂ ਨੂੰ ਪਿਆਰ ਕਰਦਾ, ਮੈਚ ਦੇਖਦਾ, ਕਈ ਮੈਚ ਤੜਕੇ ਉੱਠ ਕੇ ਆਉਂਦੇ ਬਾਸਕਟਬਾਲ ਦੇ, ਸਵੇਰੇ ਸਵੇਰੇ ਆਉਂਦੇ ਆ ਸੋਨੀ ਸਿਕਸ 'ਤੇ, ਉਹ ਐੱਨ ਬੀ ਏ ਕਹਿੰਦੇ ਨੇ ਉਹਨਾਂ ਨੂੰ, ਉਹਨੇ ਹੁਣ ਕੁਛ ਮੈਚ ਉੱਥੇ ਬੰਬੇ ਹੋਣਗੇ, ਹੁਣ ਐੱਨ ਬੀ ਏ ਕਹਿੰਦੇ ਨੇ, ਉਹ ਬਾਸਕਟਬਾਲ ਦਾ ਲੀਗ ਹੈ। ਆਹ ਜਿਹੜੀ ਕ੍ਰਿਕਟ ਹੈ, ਕ੍ਰਿਕਟ ਤਾਂ ਮੈਂ ਲੱਗਿਆ ਸੀ ਜੀ ਦੇਖਣ, ਉਦੋਂ ਬਾਹਲੇ ਛੋਟੇ ਹੋਵੋ ਦੋਸਤਾਂ, ਘਰ ਇੰਨਾ ਫਰਕ ਨਹੀਂ ਆਪਣਾ, ਪਰ ਮੈਨੂੰ ਪਲੇਅਰਾਂ ਦੇ ਨਾਮ ਬਹੁਤ ਯਾਦ ਸੀ। ਸੋ ਉਸ ਵੇਲੇ ਬ੍ਰੈਂਡਨ ਕਰੁੱਪੂ, ਰੋਸ਼ਨ ਮਹਾਨਾਮਾ, ਇਹ ਸ਼੍ਰੀਲੰਕਾ ਦੇ ਪਲੇਅਰ ਹੁੰਦੇ ਸੀ ਜਿਸ ਵੇਲੇ, ਅਸ਼ੰਕਾ ਗੁਰੂ ਸਿੰਘੇ, ਰਾਣਾ ਤੁੰਗਾ ਅਤੇ ਅਰਵਿੰਦੀ ਸਿਲਵਾ, ਮੁਥਈਆ ਮੁਰਲੀਧਰਨ ਬਾਅਦ 'ਚ ਆਇਆ, ਪਹਿਲਾਂ ਦੋ ਭਾਈ ਵੀ, ਰਮੇਸ਼ ਰਤਨਾਇਕੇ ਅਤੇ ਰਵੀ ਰਤਨਾਇਕੇ, ਉਹ ਦੋ ਭਾਈ ਸੀਗੇ, ਬੋਲਰ ਸੀਗੇ ਦੋਨੋਂ। ਉਦੋਂ ਦਾ ਮੈਂ ਕ੍ਰਿਕਟ ਦੇਖਣ ਲੱਗਿਆ, ਹੌਲੀ ਹੌਲੀ ਕ੍ਰਿਕਟ ਦੀ ਸਮਝ ਆਉਣ ਲੱਗੀ। ਕੋਈ ਇਹੋ ਜਿਹਾ ਪਲੇਅਰ ਦਾ ਨਾਮ ਲੈ ਦਿਓ ਜਿਹੜਾ ਮਸ਼ਹੂਰ ਹੋਵੇ, ਮੈਂ ਜਾਣਦਾ ਨਾ ਹੋਵਾਂ, ਠੀਕ ਹੈ ਨਾ। ਹਾਕੀ ਵਾਲੇ ਮੇਰੇ ਦੋਸਤ ਨੇ ਸਾਰੇ, ਗਗਨ ਹੋਰੀ, ਸੰਦੀਪ ਹੋਰੀ, ਦੀਪਕ ਠਾਕੁਰ ਹੋਰੀ, ਕ੍ਰਿਕਟ ਵਾਲੇ। ਆਹ ਹੁਣ ਲੀਗ ਹੁਣ ਚੱਲਦੀ ਹੈ ਜਿਹੜੀ, ਇਹ ਵੀ ਦੋਸਤ ਨੇ ਸਾਰੇ, ਕ੍ਰਿਸ ਗੇਲ ਨੂੰ ਇੱਥੇ ਬੁਲਾ ਲਾਂਗੇ, ਕੋਈ ਕਰ ਦਿਆਂਗਾ ਉਹਦੇ ਨਾਲ, ਟੂਰਨਾਮੈਂਟ ਦੇ ਉਹਨੂੰ ਮੈਂ ਕਹਿੰਦਾ ਹੁੰਦਾ ਵੀ ਕ੍ਰਿਸ ਗੇਲ ਯਾਰ ਇਹ ਤਾਂ ਦੇਖ ਲਿਆ ਕਰ ਵੀ ਬੈਟ ਸਿੱਧਾ ਜਾਂ ਪੁੱਠਾ, ਨਹੀਂ ਘੁਮਾ ਲੈਂਦਾ ਯਾਰ, ਹੈ ਨਾ। ਸੋ ਆਹ ਮੁੰਡੇ ਨੇ ਸੈਂਚਰੀ, ਕਹਿੰਦੇ 12 ਓਵਰਾਂ ਸੈਂਚਰੀ ਲਈ ਹੈ, ਮੈਨੂੰ ਪਤਾ ਬੈਟ ਦੀ ਪੁੱਠ ਸਿੱਧ ਫਿਰ ਇਹਨੇ ਵੀ ਨਹੀਂ ਦੇਖੀ ਹੋਣੀ, ਠੀਕ ਹੈ ਨਾ। ਸੋ ਟੈਲੈਂਟ ਸਾਡੇ ਕੋਲ ਬਹੁਤ ਪਿਆ। ਆਹ ਹੁਣ ਜਿਹੜੀ ਤੁਸੀਂ ਮੈਨੂੰ ਮੌਕਾ ਦਿੱਤਾ, ਹੁਣ ਮੈਨੂੰ ਭੇਤ ਆ ਗਿਆ, 5 ਸਾਲਾਂ 'ਚ ਮੈਂ ਕੰਮ ਸਿੱਖਿਆ, ਕੰਮ ਹੁਣ ਹੋਣਗੇ। 50 ਬੈਡਾਂ ਦਾ ਹੋਮੋਪੈਥੀ ਦਾ ਹਸਪਤਾਲ ਸੰਗਰੂਰ ਦੇ ਵਿੱਚ ਅਗਲੇ ਮਹੀਨੇ ਤੁਸੀਂ ਪ੍ਰਾਪਤ ਜਾਂਦੇ ਆਪਾਂ, ਫਿਰ ਉਸ ਦਾ ਕਾਲਜ ਬਣੂਗਾ 2 ਸਾਲਾਂ ਬਾਅਦ ਬਰਾਬਰ ਉਹਦੇ, ਫਿਰ 2 ਸਾਲਾਂ ਬਾਅਦ ਯੂਨੀਵਰਸਿਟੀ ਹੋਮੋਪੈਥੀ ਦੀ, ਜਿਹੜੀ ਪੰਜਾਬ 'ਚ ਹਜੇ ਤੱਕ 50 ਬੈਡਾਂ ਦਾ ਹਸਪਤਾਲ ਹੋਮੋਪੈਥੀ ਦਾ ਹੈ ਨਹੀਂ, ਇਲਾਜ ਬਹੁਤ ਸਸਤਾ ਅਤੇ ਵਧੀਆ, ਦੂਜੇ ਪਾਸ ਕਿਆ ਕਰਨਾ, ਠੀਕ ਹੈ ਜੀ। ਉਹ ਅਤੇ ਮੈਂ ਗੱਲ ਕਰ ਰਿਹਾ ਖੇਲੋ ਇੰਡੀਆ ਦੇ ਵਿੱਚ, ਆਪਾਂ ਸਾਰੇ ਜਿਹੜੇ ਸਟੇਡੀਅਮ ਨੇ ਨਾ, ਖੇਲੋ ਇੰਡੀਆ 'ਚ ਮੈਂ ਸਪੋਰਟਸ ਮਿਨਿਸਟਰ ਨਾਲ ਗੱਲ ਕਰ ਲਈ, ਉਹਨਾਂ ਤੋਂ ਪੈਸੇ ਲਵਾਂਗੇ ਆਪਾਂ, ਠੀਕ ਹੈ ਜੀ। ਮੇਰੀ ਗੱਲ ਹੋਈ ਸੀ ਰਜੀਵ ਸ਼ੁਕਲਾ, ਉੱਥੇ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਕਿ BCCI ਦਾ ਬਹੁਤ ਵੱਡਾ ਅਧਿਕਾਰੀ ਹੈ ਰਜੀਵ ਸ਼ੁਕਲਾ, ਅਤੇ ਇਹ ਆਪਣਾ ਅਨੁਰਾਗ ਠਾਕੁਰ ਜਿਹੜਾ ਮੰਤਰੀ ਹੈ ਉਹ BCCI 'ਚ ਹੈ। ਮੈਂ ਉਹਨੂੰ ਕਿਹਾ ਸੀਗਾ ਵੀ ਇਮਰਾਨ ਖਾਨ ਕੀ ਕਰਦਾ ਸੀ ਨਾ,
इमरान खान इदां दे टूरनामेंटां दे जो प्लेयर हुंदा सी कप्तान सी जदों उह पाकिस्तान दा ਤਾਂ ਇੱਦਾਂ ਦੇ ਇਮਰਾਨ ਖਾਨ ਤੇ ਰਾਣਾ ਤੁੰਗਾ ਦੋਨੇ ਇੱਕ ਇਹੀ ਕੰਮ ਕਰਦੇ ਸੀ ਉਹ ਇੱਦਾਂ ਦੇ ਪਿੰਡਾਂ ਦੇ ਟੂਰਨਾਮੈਂਟ ਦੇਖਣ ਚਾਹੇ ਜਿਵੇਂ ਆਹ ਮੁੰਡਾ ਸੈਂਚੁਰੀ ਇਹ ਮੁੰਡੇ ਨੂੰ ਚੱਕ ਲੈਣਾ ਸੀ ਉਹਨੇ ਵੀ ਆ ਜਾ ਇਹਨੂੰ ਪਹਿਲਾਂ ਨੈੱਟ 'ਚ ਬੋਲਿੰਗ ਕਰਾਉਂਦਾ ਟੀਮ ਦੇ ਨਾਲ ਰੱਖ ਲੈਂਦਾ ਹੌਸਲਾ ਜਿਹਾ ਵੱਧਦਾ ਮੈਂ ਟੀਮ ਦੇ ਨਾਲ ਰਹਿਣ ਲੱਗ ਗਿਆ ਉਹ ਤੋਂ ਬਾਅਦ ਇਹਨੂੰ ਕਦੇ ਮੈਚ ਖੜਾ ਲੈਂਦਾ ਕੋਈ ਉਹਨੇ ਇੰਨੇ ਪਲੇਅਰ ਲਿਆਂਦੇ ਨੇ ਇਮਰਾਨ ਖਾਨ ਨੇ ਸਾਰੇ ਪਿੰਡਾਂ ਵਾਲੇ ਨੇ ਉਹ ਪਾਕਿਸਤਾਨ ਦੇ ਪਿੰਡ ਆਪਣੇ ਪਿੰਡ ਇੱਕੋ ਜਿਹੇ ਨੇ ਇੰਤਮਾਮ ਉਲ ਹੱਕ ਜਮਾ ਪਿੰਡਾਂ ਵਾਲਾ ਆਲੂ ਕਹਿੰਦੇ ਉਹਨੂੰ ਮੈਨੂੰ ਤਾਂ ਖਿਜਾਂ ਵੀ ਪਤਾ ਵੀ ਕੀ ਕਹਿੰਦੇ ਆ ਠੀਕ ਹੈ ਨਾ ਵਕਾਰ ਯੂਨਸ ਆਕਿਬ ਜਾਵੇ ਸ਼ਾਹਿਦ ਅਫਰੀਦੀ ਸਾਰੇ ਪਿੰਡਾਂ ਵਾਲੇ ਨੇ ਉਹ ਠੀਕ ਹੈ ਨਾ ਕਿਉਂਕਿ ਉਹਨੂੰ ਇੱਥੇ ਮੈਚ ਦੇਖਣ ਚਲੇ ਗਏ ਇੱਥੇ ਕੋਈ ਅਜੇ ਇੱਥੋਂ ਫਿਰ ਨਿਕਲਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਆਪਣੇ ਇੰਨਾ ਮੈਚਾਂ ਤੇ ਆਪਾਂ ਕੋਈ ਅਧੇਦਾ ਰੱਖ ਲਾਂਗੇ ਪੰਜਾ ਟੂਰਨਾਮੈਂਟ ਵਧੀਆ ਵਧੀਆ ਪਲੇਅਰ ਜਿਹੜੇ ਨੇ ਆਪਾਂ ਨੇ ਕਿਹੜਾ ਕੋਈ ਕਹਿੰਦੇ ਆਈ ਸੀ ਪਿੰਡ ਦੀ ਖੇਡ ਆਪਣੇ ਇਲਾਕੇ ਦੇ ਵਧੀਆ ਵਧੀਆ ਪਲੇਅਰ ਆਉਂਦੀਆਂ ਚਾਰ ਪੰਜ ਦਸ ਟੀਮਾਂ ਬਣ ਜਾਣ ਉਹਨਾਂ ਨੂੰ ਲਿਆਈਏ ਇੱਥੇ ਅਮਰਾਜਾ ਕਰੋ ਠੀਕ ਹੈ ਪ੍ਰੀਤੀ ਚਿੰਤਾ ਹੋਰ ਇੱਥੇ ਲਿਆਈਏ ਤੈਅ ਕਰੋ ਪੰਜਾਬ ਵਾਸਤੇ ਸਾਡੇ ਖਰੀਦ ਕੇ ਲੈ ਕੇ ਜਾਓ ਪਲੇਅਰ ਲੈ ਤੁਸੀਂ ਸ਼ਰਤ ਲਾ ਲਿਓ ਜੇ ਪਰਮਾਤਮਾ ਨੇ ਸੁੱਖ ਰੱਖੀ ਤੰਦਰੁਸਤੀ ਅਤੇ ਸਮਰੱਥ ਬਖਸ਼ੇ ਪਰਮਾਤਮਾ ਲੈ ਆਹ ਤਾਂ ਹੁਣ ਨੇੜੇ ਜ਼ਿਆਦਾ ਨੇੜੇ ਆ ਵੈਸੇ ਹੋ ਤਾਂ ਇੱਧਰ ਵੀ ਹੋ ਸਕਦਾ ਹੁਣ ਵੀ ਪਰ ਅਗਲੇ ਆਈ ਪੀ ਐਲ 'ਚ ਸਾਕਸ਼ਾਤ ਲਓ ਆਪਣੇ ਪਿੰਡਾਂ ਵਾਲੇ ਕਿਤੇ ਨਾ ਕਿਤੇ ਫਸਾ ਕੇ ਆਪਾਂ ਹਟਾਂਗੇ ਵੀ ਚੱਕੋ ਹੈਦਰਾਬਾਦ 'ਚ ਕੋਈ ਬੰਗਲੌਰ 'ਚ ਚੇਨਈ 'ਚ ਕੋਈ ਬੰਗਾਲ 'ਚ ਇੱਥੇ ਬੈਠੇ ਨੇ ਯਾਰ ਇੱਕ ਸਾਡੇ ਪਿੰਡਾਂ ਕੋਲ ਦਾ ਮੁੰਡਾ ਬਾਂਹ ਵੱਡੀ ਹੋਈ ਹੈ ਇੱਕ ਬਾਂਹ ਨਾਲ ਯਾਰ ਐਸਾ ਛੱਕਾ ਮਾਰਦਾ ਬਾਲ ਨਹੀਂ ਫਿਉਂਦੀ ਯਾਰ ਖੇਤਾਂ 'ਚ ਮਾਰਦਾ ਚੱਕ ਟੈਲੈਂਟ ਬਹੁਤ ਪਿਆ ਉਹਨੂੰ ਪਛਾਣਨ ਵਾਲੀਆਂ ਅੱਖਾਂ ਨਹੀਂ ਹੈਗੀਆਂ ਇੱਥੇ ਹੀ ਰਹਿ ਜਾਂਦਾ ਫਿਰ ਟੈਲੈਂਟ ਸੋ ਆਪਾਂ ਇਹਨੂੰ ਕੱਢ ਕੇ ਲੈ ਕੇ ਜਾਵਾਂਗੇ ਮੈਂ ਉਹਨੂੰ ਅਰਨਾਜ ਠਾਕੁਰ ਨੂੰ ਕਿਹਾ ਉਹ ਕਹਿੰਦੇ ਤੁਸੀਂ ਰੱਖ ਲਓ ਅਸੀਂ ਤੁਹਾਡੇ ਕੋਲ ਆ ਜਾਵਾਂਗੇ ਮੈਂ ਕਿਹਾ ਵੀ ਆਈ ਪੀ ਐਲ ਦੀਆਂ ਟੀਮਾਂ ਦੇ ਸਾਨੂੰ ਮੈਨੇਜਰ ਜਾਂ ਕੋਚ ਭੇਜ ਦਿਓ ਉੱਥੇ ਹੁਣ ਸਾਡੇ ਬੈਸਟ ਪਲੇਅਰ ਚੱਕ ਕੇ ਲੈ ਗਏ ਇੱਕ ਵਾਰੀ ਨਿਕਲ ਗਏ ਨਾ ਇੱਥੋਂ ਫਿਰ ਉੱਥੇ ਟ੍ਰੇਨਿੰਗ ਬਹੁਤ ਪੁੱਠੇ ਲੈਵਲ 'ਤੇ ਮਿਲ ਜਾਂਦੀ ਹੈ ਫਿਰ ਨਹੀਂ ਇੱਧਰ ਆਉਣਾ ਫਿਰ ਤਾਂ ਅੰਬਰਾਂ ਵੱਲ ਨੂੰ ਉਡਾਰੀਆਂ ਹੋਣਗੀਆਂ ਸੋ ਮੈਂ ਖੁਦ ਚਾਹੁੰਦਾ ਕਿ ਸਾਡੇ ਜਿਹੜੇ ਪਲੇਅਰ ਨੇ ਉਹ ਅੱਗੇ ਵਧਣ ਇੱਦਾਂ ਹੀ ਰਾਣਾ ਤੋਂਗਾ ਕਰਦਾ ਸੀਗਾ ਤੁਹਾਨੂੰ ਪਤਾ ਜੈਸੂਰੀ ਨੂੰ ਜਾਣਦੇ ਹੋ ਨਾ ਸਾਨੂੰ ਜੈਸੂਰੀ ਹੈ ਜੈਸੂਰੀਆ ਕਲੰਬੋ ਦੇ ਸ਼੍ਰੀਲੰਕਾ ਦੀ ਰਾਜਧਾਨੀ ਹੈ ਕਲੰਬੋ ਦੇ ਰੇਲਵੇ ਸਟੇਸ਼ਨ 'ਤੇ ਭੀਖ ਮੰਗਦਾ ਜੈਸੂਰੀਆ ਖੇਡਦਾ ਸੀ ਸਟੇਸ਼ਨ 'ਤੇ ਉਹਨੂੰ ਉੱਥੋਂ ਲੈ ਕੇ ਆਇਆ ਸੀ ਰਾਣਾ ਤੋਂਗਾ ਔਰ ਐਜ਼ ਏ ਬੋਲਰ ਆਇਆ ਸੀ ਉਹ 1996 ਵਾਲੇ ਵਰਲਡ ਕੱਪ 'ਚ ਬੋਲਰ ਸੀ ਉਹ ਸਪਿਨਰ ਬੈਟਿੰਗ ਨਹੀਂ ਕਰਦਾ ਸੀ ਰਾਣਾ ਤੋਂਗਾ ਕਹਿੰਦਾ ਜਾ ਕਰ ਤੂੰ ਬੈਟਿੰਗ ਕਰ ਲਾ ਪਹਿਲਾਂ ਕਹਿੰਦਾ ਚੱਕ ਕੇ ਮਾਰ ਕੁਛ ਨਹੀਂ ਹੁੰਦਾ ਕੋਈ ਕੁਛ ਨਾ ਦੇਖੀ ਪਹਿਲਾਂ ਕੀ ਹੁੰਦਾ ਸੀਗਾ ਇਹ ਬਣਿਆ ਹੋਇਆ ਸੀਗਾ ਕ੍ਰਿਕਟ ਦੇ ਵਿੱਚ ਹੋਰ ਤਾਂ ਨਹੀਂ ਹੋ ਰਹੇ ਕ੍ਰਿਕਟ ਦੇ ਵਿੱਚ ਇਹ ਬਣਿਆ ਹੋਇਆ ਸੀ ਪਹਿਲੇ 25-30 ਓਵਰ ਨਾ ਵਿਕਟਾਂ ਬਚਾ ਕੇ ਰੱਖੋ ਬਹੁਤ ਬੜੀ ਖੇਡਦੇ ਸੀ ਜੇ 30 ਓਵਰਾਂ 'ਚ 110 ਰਨ ਜਾਂ 120 ਰਨ 2 ਆਊਟ ਕਹਿੰਦੇ ਬਹੁਤ ਵਧੀਆ ਖੇਡ ਰਹੇ ਆਖਰੀ ਫਿਰ 15 ਓਵਰਾਂ 'ਚ ਉੱਡ ਗਏ ਸੀਗੇ ਇੱਧਰੋਂ ਰੂਲ ਬਣ ਗਿਆ ਵੀ ਪਹਿਲੇ 15 ਓਵਰਾਂ 'ਚ ਸਿਰਫ 2 ਜਾਂ 3 ਪਲੇਅਰ ਜਿਹੜੇ ਨੇ ਉਹ ਬਾਹਰ ਖੇਡਣਗੇ ਉੱਤੋਂ ਫੀਲਡਿੰਗ ਕਰਨਗੇ ਹੋਰ ਟੀਮਾਂ ਨੇ ਸੋਚਿਆ ਨਹੀਂ ਰਾਣਾ ਤੋਂਗਾ ਨੇ ਪਹਿਲਾਂ ਸੋਚ ਲਿਆ ਅਸੀਂ ਫਿਰ ਵਧੀਆ ਕੈਪਟਨ ਦਾ ਫਾਇਦਾ ਹੁੰਦਾ ਕਹਿੰਦਾ ਤੂੰ ਐਂ ਕਰ ਜਦੋਂ ਹੈ ਹੀ ਨੇ ਬਾਹਰ ਹੋ ਬਾਹਰ ਹੈ ਹੀ ਨਹੀਂ ਕੋਈ ਚੱਕੀ ਚੱਲ ਉੱਤੋਂ ਦੀ ਤੂੰ ਉਹ ਕਹਿੰਦਾ ਤੂੰ ਮੈਨੂੰ ਟੀਮ 'ਚੋਂ ਕਰ ਦੇਗਾ ਜੇ ਮੈਂ ਆਊਟ ਹੋ ਗਿਆ 2 ਵਾਰੀ ਦਸ ਤੋਂ ਸ਼ੋਟ ਕਹਿ ਕੇ ਕਹਿੰਦਾ ਓਕੇ ਤੂੰ ਗਰੰਟੀ ਲੈਂਦਾ ਸਾਰਾ ਵਰਲਡ ਕੱਪ ਤੈਨੂੰ ਟੀਮ 'ਚੋਂ ਨਹੀਂ ਕੱਢਦਾ ਚੱਲ ਮੈਂ ਤੈਨੂੰ ਤੂੰ ਚੱਕੀ ਚੱਲ ਜਾ ਜੈ ਸੂਰੀਆ ਅਤੇ ਕਾਲੂ ਬਿਧਰਨਾ ਦੋਨਾਂ ਦੀ ਜੋੜੀ ਭੇਜਤੀ ਕਾਲੂ ਛੋਟਾ ਜਿਹਾ ਸੀਗਾ ਉਹ ਵਿਕਟ ਕੀਪਰ ਸੀ ਉਹ ਤਾਂ ਜੋ ਜੈ ਸੂਰੀਆ ਨੇ ਫਿਰ ਛੱਕੀਆਂ ਦੀ ਸ਼ੁਰੂਆਤ ਕੀਤੀ ਟੀਮਾਂ ਇਹ ਸੋਚੀਆਂ ਕੋਈ ਨਹੀਂ ਕੱਦਾਂ ਲਾਈਆਂ ਤੇ ਰਿਸਕੀ ਖੇਡਦਾ ਆਊਟ ਹੋ ਜੂ ਛੇਤੀ ਆਊਟ ਹੋ ਜੂ ਜਦੋਂ ਤੱਕ ਉਹਨੂੰ ਆਊਟ ਕਰਨ ਦੇ ਚੱਕਰਾਂ 'ਚ ਪੈਂਦੇ ਉਦੋਂ ਤੱਕ ਕੀ ਹੁੰਦਾ ਸੀ ਕਿ ਸ਼੍ਰੀਲੰਕਾ 10 ਓਵਰਾਂ 'ਚ 136 ਰਨ ਨੇ 132 ਜੈ ਸੂਰੀਆ ਦੇ ਨੇ 2 ਕਾਲੂ ਬਿਧਰਦੇ ਨੇ 2 ਐਕਸਟਰਾ ਨੇ ਚਲੋ ਕਾਲੂ ਤਾਂ ਬਸ ਇਹੀ ਕਰਦਾ ਸੀ ਵੀ ਜਦੋਂ ਕਾਲੂ ਦੀ ਵਾਰੀ ਆ ਗਈ 1 ਰਨ ਲੈ ਕੇ ਪਰਾਂ ਹੋ ਜਾਣਾ ਤੂੰ ਹੁਣ ਜੈ ਜਦੋਂ ਤੱਕ ਟੀਮਾਂ ਨੂੰ ਇਹ ਪਤਾ ਲੱਗਿਆ ਵੀ ਆਪਾਂ ਓਪਨਰ ਜਿਹੜੇ ਨੇ ਉਹ ਪਿੰਚ ਹਿੱਟਰ ਭੇਜ ਸਕਦੇ ਹਾਂ ਉਦੋਂ ਤੱਕ ਸ਼੍ਰੀਲੰਕਾ 1996 ਦਾ ਵਰਲਡ ਕੱਪ ਜਿੱਤ ਕੇ ਲੈ ਗਏ ਸੀ ਆਹ ਫਰਕ ਹੁੰਦਾ ਨਾ ਵਧੀਆ ਕੈਪਟਨ ਉਦੋਂ ਬਾਅਦ ਫਿਰ ਸਾਰੀਆਂ ਟੀਮਾਂ ਨੇ ਫੈਸਲਾ ਕੀਤਾ ਵੀ ਆਪਾਂ ਵੀ ਇਹੀ ਕਰੀਏ ਨਾ ਵਾਂਗੂ ਉਦੋਂ ਬਾਅਦ ਗਿਲਕ੍ਰਿਸਟ ਆਇਆ ਓਪਨਰ ਉਦੋਂ ਬਾਅਦ ਸਚਿਨ ਤੇਂਦੁਲਕਰ ਓਪਨਰ ਆਉਣ ਲੱਗਿਆ ਉਦੋਂ ਬਾਅਦ ਸਹਿਵਾਗ ਹੋਰੀ ਓਪਨਰ ਆਉਣ ਲੱਗੇ ਹਰੇਕ ਟੀਮ ਨੇ ਆਪਣੇ ਜਿਹੜੇ ਹਿੱਟਰ ਸੀਗੇ ਉਹ ਪਹਿਲਾਂ ਭੇਜਣ ਲੱਗ ਗਏ ਸੋ ਪਹਿਲੇ 15-20 ਓਵਰਾਂ 'ਚ ਹੀ ਮਤਲਬ ਲਾਉਂਦੇ ਸੀ 150 ਤੋਂ ਉੱਪਰ ਉਹ ਉਦੋਂ ਕਹਾਂ ਅਰਵਿੰਦ ਡੀ ਸਿਲਵੇ ਹੋਰੀ ਸੀ ਉਹ ਆਰਾਮ ਨਾਲ ਖੇਡਣ ਸੀ ਹੋਰ ਦੇਖੋ ਕੁਦਰਤ ਦਾ ਸੰਯੋਗ ਦੇਖੋ ਫਾਈਨਲ ਮੈਚ
फाइनल मैच दी सेमीफाइनल इंडिया नाल कलकत्ते यूट्यूब पे पा लो कलकत्ते सेमीफाइनल जय सूर्य तो डर सारा एक कालू तो जय सूर्य तो भी ये अज इंडिया टीम नु हरा देंगे कुदरत देखो की कमाल हुंदी है 232 रन बनाए जी इंडिया ने जय सूर्य जीरू तो कालू भी जीरू अपना द्रावड़ कहने परिवार टेक्निकल प्लेयर सो जे पता कैप्टन के जे ये आउट हो गए मेरे को बाद संभाल जे ना हो जिन्हें बन के रन फिर उस तो बाद फिर सारे जो अज भी जिम्मे आप करते हैं अज भी सारे पिंच हिटर जो ज्यादा ने सारे शाहिद अफरीदी भी जो पाकिस्तान ओपनर भेजन लग गया सिखा कितों ली उन्होंने 96 तो आस्ट्रेलिया हराया वर्ल्ड कप च उन्होंने अपना फाइनल च फाइनल के अरविंद सिल्वा की सेंचुरी है सो जे प्लेयर वे प्लेयर ना होंगे ने जो तो छोटे प्लेयरों का बहुत हौसला बढ़ता है ते दुख की गल की है एक होर तुम दसी है दुख की गल यह है कि जय सूर्य अच जे तुम देखो कि फोटो जय सूर्य वो फौड़िया तुरद गोड़िया कोई समस्या आ गई लत्तां की बीमारी हो गई वो फौड़िया तुरद है जेड़े बंदे ने बालर के पता नहीं किन्ने बालर के करियर बर्बाद करते यार वो बंदा फौड़िया से मैं संपर्क कर रहा उन्होंने जे उन्होंने खैर जे खैर उतों की सरकार मेरे ख्याल करवा रही है इलाज जे उन्होंने लौट पी कि तेरा इलाज कर लत्तों का इलाज करिए तो तू फौड़िया तो बिना तुर लग गए दिल्ली के बहुत बड़े बड़े हस्पताल ने दिल्ली अपनी सरकार आना कट दी तो मैं अरविंद केजरीवाल जी आपसे मेरी छोटी जी गल कर ली फोटो उन्होंने दिखा दिया कहीं यार ये कैसे हो गया मैं कहीं बीमारी थी तो हो सकता है जय सूर्य दिल्ली लिया के वह फ्री इलाज कर सकूँ एंड पैर के चलता फिर करिए तो जो ठीक हो गया फिर उन्होंने आप इतने पिंड लेके आवेंगे भी आया तू सा जय सूर्य भी देख रहा सा जय सूर्य भी देख सो मैं बहुत वाडा सपोर्ट लग रहा मैं आज दसा तो मैंने चंगा लगे कि तुम कोई कहते जो कुरुक्त जी वाले आ गए वो फील हो तो गेम कोई भी नहीं माड़ी होंगी ठीक है जी खेडन वाले कोई माड़ा एक अद्धा निकल आए वे बनाम जी कि मतलब इस पुलिस की गल नहीं सो जो भी चंकी लगता है क्रिकेट का चंगा अच्छ तुम मैट बछाया जी मैट चलो तो फैसिलिटी नहीं भाई कुछ तो हम सारिया बाला ने बैट है मैट है जोड़ा जोड़ा साढ़े पिंड स्टॉल के सब तो पहले क्रिकेट खेती शुरू किने की आज एम पी ने और बैट कि थापती बाल कि हूँ नहीं सी बड़ा पंगा पै गया फिर चप्पल की अड्डी वट लेने होंगे ना फिर आए का आए आए ठीक है ना वो ना हम इन्ना नहीं होंगे कि ना भाजी जितने डिग्री रोकी रोकी फिर असं किया लीर वाली बना ली वो गल नहीं बनी खुल जाती थी अभी फिर किया आरे तो ना मुंडा सा बारह बारह रुपये मिस्त्री ना कोई आरा है लकड़ा आरे तो अभी लकड़ बढ़ा के खराब से ना लकड़ की बॉल बना ली हम पंगा वह यह पै गया भी खेल कोई सेफ्टी है जगह इन्नी है थोड़ी बाकी जो मैच होता है कपड़े कर लग गए थापिया दिनों हट गए सामने बैट बूट तो है नहीं देनी तो मतलब आर्थिकता साथ नहीं दिंदी सी क्लब की जो क्लब से साडा भी बैट बूट खरीद लिए ठीक है ना सो तो बाद जो मैं कलाकार बन गया प्लस वन च पढ़ता सी मैं उदों पैसे कमाउण लग गया मैं सब तो पहला फिर म जिहड़े मेरे नाल खेडदे हुंदे सी सब तो पहला उन्होंने कहा सारी किट खरीदो हुण बैट मैं कहा चिट्टे रंग की बॉल प्रैक्टिस वास्ते लाल रंग की जी दूजे वास्ते टेनिस दीआं बॉलां दा डब्बा विकट कीपर के जिहड़े ग्लव्स होर दूजे ते पैड अलग ते बैट्समैन का अलग ते मैं कहना जी सेफ्टी गार्ड तो लैके असी खा कोई चीज छड़ी हुई नहीं भी चको तुम खेडो होना है ऐ भान के मंगे ते जो मैं पाया होगा ना हेलमेट चाली वाला ऐ लगता जो डेविड बून हो गए थे ठीक है ना सो मैनू बहुत चंगा लगता भी मैं हुण अज सारे टूर्नामेंट जाके आया छुट्टी
ਸਰਕਾਰੀ ਅੱਜ ਬਸ ਟੂਰਨਾਮੈਂਟ ਸੀ, ਤਿੰਨ ਟੂਰਨਾਮੈਂਟ ਜਾ ਕੇ ਤਾਂ ਮੈਨੂੰ ਲੇਟ ਹੋ ਗਿਆ, ਉਹ ਵੀ ਮਾਨਸਾ ਜ਼ਿਲ੍ਹੇ ਸੀ। ਮੈਂ ਮਾਫ਼ੀ ਚਾਹੁੰਦਾ ਇਸ ਗੱਲ ਦੀ ਕਿ ਤੁਸੀਂ ਬਹੁਤ ਇੰਤਜ਼ਾਰ ਕੀਤਾ, ਔਰ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਵੀ ਕਰਦਾ। ਸੋ ਖੇਡਾਂ ਦੇ ਮਾਮਲੇ 'ਚ ਯੂਥ ਨੂੰ ਮੈਂ ਬੇਨਤੀ ਕਰਦਾ ਕਿ ਮੇਰੇ ਕੋਲ ਆ ਜਾਓ ਸਟੇਡੀਅਮ ਵਾਸਤੇ। ਤਿੰਨ ਚੀਜ਼ਾਂ ਨੂੰ ਪੈਸੇ ਜਿਹੜੇ ਨੇ ਉਹ ਜਿੰਨੇ ਮਰਜ਼ੀ ਲੈ ਜਾਓ, ਪੈਨ ਤੁਹਾਨੂੰ ਫੜਾ ਦਿੰਦਾ, ਸਾਈਨ ਕਰ ਲਓ। ਹੈਲਥ ਸਪੋਰਟਸ ਅਤੇ ਐਜੂਕੇਸ਼ਨ, ਇਹ ਦੇਖੋ ਖੇਡਾਂ, ਹੈਲਥ ਹੈਲਥ 'ਚ ਆ ਗਏ ਹਸਪਤਾਲ, ਅਤੇ ਐਜੂਕੇਸ਼ਨ 'ਚ ਆ ਗਏ ਸਕੂਲ। ਇਹ 'ਚ ਆਪਣੀਆਂ ਤਿੰਨੇ ਪੀੜ੍ਹੀਆਂ ਆ ਜਾਂਦੀਆਂ ਨੇ। ਸਕੂਲਾਂ 'ਚ ਆ ਗਈ ਆਪਣੀ ਆਉਣ ਵਾਲੀ ਪੀੜ੍ਹੀ, ਜਵਾਕ ਆਪਣੀ ਉਹ ਪੜ੍ਹਨਗੇ, ਅਫਸਰ ਬਣਨਗੇ। ਖੇਡਾਂ 'ਚ ਆ ਗਈ ਆਪਣੀ ਨੌਜਵਾਨ ਪੀੜ੍ਹੀ ਜਿਹੜੇ ਖੇਡਦੇ ਨੇ, ਅਤੇ ਹੈਲਥ 'ਚ ਹਸਪਤਾਲਾਂ 'ਚ ਆ ਜਾਓ ਆਪਣੀ ਬਜ਼ੁਰਗਾਂ ਵਾਲੀ ਪੀੜ੍ਹੀ ਜਿਹਦਾ ਇਲਾਜ ਦੀ ਲੋੜ ਹੈ। ਇਹ 'ਚ ਕਿੰਨੇ ਆ ਜਾਂਦੇ ਨੇ, ਗਲੀਆਂ ਬਾਅਦ 'ਚ, ਗਲੀਆਂ ਨਾਲੀਆਂ ਬਾਅਦ 'ਚ ਬਣਾ ਲਾਂਗੇ, ਠੀਕ ਹੈ ਨਾ। ਇਹ ਤਾਂ ਐਂ, ਇਹ ਤਾਂ ਖੂਹ ਹੈ ਯਾਰ, ਖੂਹ 70 ਸਾਲ ਹੋ ਗਏ ਤਾਂ ਭਰਿਆ ਹੀ ਨਹੀਂ। ਸਰਕਾਰ ਗਲੀ ਉੱਚੀ ਚੱਕ ਦਿੰਦੀ ਹੈ, ਲੋਕਾਂ ਦੇ ਘਰ ਨਹੀਂ ਮਿਲਦੇ, ਲੋਕ ਘਰ ਉੱਥੇ ਚੱਕ ਲੈਂਦੇ ਨੇ, ਗਲੀ ਨਹੀਂ, ਐਂ ਚੱਲੀ ਜਾਂਦਾ, ਪਤਾ ਨਹੀਂ ਕਿੰਨਾ ਚਿਰ ਚੱਲੂ। ਹਾਂ ਬਸ ਸੱਜਾ ਤੁਹਾਡੇ ਪਿੰਡ ਦੇ ਵਾਸਤੇ ਮੈਨੂੰ ਦੱਸਿਆ ਆਪਣਾ ਸੋਨੀ ਮਾਨ, ਬਹੁਤ ਪਿਆਰ ਕਰਦਾ ਬਹੁਤ ਦੇਰ ਤੋਂ, ਅਤੇ ਕਹਿੰਦਾ ਮੈਨੂੰ ਮਾਂ ਸੋਨੀ ਮਾਂ ਨਹੀਂ ਕਹਿੰਦੇ ਨੇ, ਕੋਈ ਗੱਲ ਨਹੀਂ। ਸੋ ਸੋਨੀ ਵਾਲਿਆਂ ਨੇ ਮੈਨੂੰ ਦੱਸਿਆ ਕਿ ਬੱਸ ਅੱਡੇ ਵਾਸਤੇ ਸਾਨੂੰ ਵਧੀਆ ਬੱਸ ਅੱਡਾ ਬਣਾਉਣਾ, ਕਿ ਜਦੋਂ ਕੁੜੀਆਂ ਜਾਂਦੀਆਂ ਕਾਲਜ ਜਾਂ ਸਕੂਲ ਵਾਸਤੇ ਤਾਂ ਉਦੋਂ ਧੁੰਦਾਂ ਨਹੀਂ ਕੁਛ ਦਾ ਨਹੀਂ ਕਰਨੀ। ਸੋ ਜਿੱਥੇ ਵੀ ਤੁਸੀਂ ਬੱਸ ਅੱਡਾ ਬਣਾਉਣਾ, ਜਗ੍ਹਾ ਤੁਸੀਂ ਸਿਲੈਕਟ ਕਰ ਲਈ ਮੇਰੇ ਵੱਲੋਂ, ਤੁਸੀਂ ਆਹ ਹੁਣ ਪਹਿਲੀ ਕਿਸ਼ਤ ਆਊਗੀ, ਮੈਂ ਕੱਲ੍ਹ ਨੂੰ ਦਿੱਲੀ ਜਾਣਾ, ਅਤੇ ਹੋਪਫੁਲੀ ਐਸੇ 10 ਦਿਨਾਂ ਦੇ ਵਿੱਚ ਹੀ ਤੁਹਾਡੇ ਪਿੰਡ ਦੇ ਪੈਸੇ ਸੈਂਕਸ਼ਨ ਹੋ ਜਾਣਗੇ, ਅਤੇ ਬੱਸ ਅੱਡਾ ਬਣਾਓ ਬੰਦੇ। ਧੁੰਦਾਂ ਤੋਂ ਪਹਿਲਾਂ ਤੁਸੀਂ ਆਪਣਾ ਬੱਸ ਅੱਡਾ ਤਿਆਰ ਕਰ ਲਓ, ਅਤੇ ਬਾਕੀ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਿਆ ਕਰਾਂਗੇ। ਆਓ ਜੀ, ਹਾਂਜੀ, ਕੋਈ ਗੱਲ ਨਹੀਂ, ਪਹਿਲਾਂ ਤੁਸੀਂ ਆਹ ਕਰ ਲਓ ਬੱਸ ਅੱਡਾ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸੀ ਜਾਂਦਾ, ਖੇਡਾਂ ਸਪੋਰਟਸ ਆਉਂਦਾ ਸਾਰਾ ਕੁਛ ਆਪਾਂ ਕਰਾਂਗੇ, ਕੋਈ ਗੱਲ ਨਹੀਂ, ਤੁਸੀਂ ਰੱਖ ਲਓ। ਅਤੇ ਬਾਕੀ ਜੋ ਵੀ ਤੁਸੀਂ ਕੋਈ ਕੰਮ ਹੈ, ਕੁਝ ਹੋਇਆ, ਕੋਈ ਚਾਹੇ ਨਿੱਜੀ ਕੰਮ ਹੈ ਜਾਂ ਕੋਈ ਕੋਈ ਸਾਂਝਾ ਕੰਮ ਹੈ, ਸੰਗਰੂਰ ਆਪਣੇ ਅਫਸਰ ਹੈ, ਸਾਰਿਆਂ ਨੂੰ ਪਤਾ ਨਾਲ ਹੀ ਹੁੰਦਾ, ਅਤੇ ਉੱਥੇ ਰਾਜਾ ਨਰਿੰਦਰ ਹੈ, ਆਉਂਦੇ ਰਹਿੰਦੇ, ਤੁਸੀਂ ਜਾਣਦੇ ਹੁੰਦੇ, ਅਤੇ ਇਹ ਕੁੜੀ ਮਤਲਬ ਹੈਰਾਨੀ ਦੀ ਗੱਲ ਹੈ ਕਿ ਇਸ ਜ਼ਮਾਨੇ 'ਚ ਜਦੋਂ ਮਤਲਬ ਕਿਸੇ ਨੂੰ ਫੈਸ਼ਨਾਂ ਤੋਂ ਜਾਂ ਕਿਸੇ ਨੂੰ ਕੋਈ ਆਪਣੇ ਆਪਣੇ ਨਿੱਜੀ ਕੰਮਾਂ ਤੋਂ ਵਿਹਲ ਹੁੰਦੀ ਸੀ, ਕਈ ਕੁੜੀ ਜਿਹੜੀ ਆ ਅੱਜ ਦੇਸ਼ ਵਾਸਤੇ, ਆਪਣੇ ਸੂਬੇ ਵਾਸਤੇ, ਪੰਜਾਬ ਵਾਸਤੇ ਜਿਹੜੀ ਜਿਹਦੇ ਕੋਈ ਤਾੜੀਆਂ ਨਰਿੰਦਰ ਦੇ ਨਾਮ 'ਤੇ। ਸੋ ਨਰਿੰਦਰ ਭਰਾ, ਸੋ ਜੋ ਕੋਈ ਵੀ ਕੰਮ ਹੋਵੇ ਸਾਨੂੰ ਦੱਸ ਦਿਓ, ਇਹ ਯੂਥ ਦੀ ਪ੍ਰਧਾਨ ਸੰਗਰੂਰ ਜ਼ਿਲ੍ਹੇ ਦੀ ਆਮ ਆਦਮੀ ਪਾਰਟੀ ਦੀ, ਅਤੇ ਤੁਹਾਡੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਆਰਾਮ ਨਾਲ ਪੈਰੋਂ ਪੜ੍ਹੀ ਜਾਓ। ਮੈਂ ਪਿੰਡ ਫੁੰਮਣਵਾਲ 'ਚ ਹਾਂ, ਜਿਹੜਾ ਕਿ ਸੰਗਰੂਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ, ਪਰ ਪਿਆਰ ਜਿਹੜਾ ਉਹ ਇਸ ਪਿੰਡ 'ਚੋਂ ਕਿਸੇ ਵੱਡੇ ਪਿੰਡ ਨਾਲੋਂ ਘੱਟ ਨਹੀਂ ਮਿਲਦਾ। ਅਤੇ ਜਿਨ੍ਹਾਂ ਦਾ ਟੂਰਨਾਮੈਂਟ ਹੈ, ਜਿਹੜਾ ਪਹਿਲਾ ਟੂਰਨਾਮੈਂਟ ਹੈ ਪੰਜਾਬ ਦਾ ਸ਼ਾਇਦ, ਕਿ ਜਿਹੜਾ ਲੈਦਰ ਬੋਲ ਨਾਲ ਕਰਦੇ ਹੈ, ਖੇਡਦੇ ਆ ਲਗਾਤਾਰ 15 ਪ੍ਰੋਪਰ ਬੋਲ ਹੈ, ਔਰ ਉਸ ਬੋਲ ਦੇ ਵਿੱਚ 12 ਓਵਰਾਂ ਦੇ ਵਿੱਚ ਜਿਹੜਾ ਮੁੰਡਾ ਮੈਨ ਆਫ ਦਾ ਸੀਰੀਜ਼ ਆਇਆ, 12 ਓਵਰਾਂ ਦਾ ਮੈਚ ਹੈ, ਉਹਦੇ ਵਿੱਚ ਵੀ ਲੈਦਰ ਦੀ ਬੋਲ ਨਾਲ ਜਿਹੜਾ ਉਹਨੇ ਸੈਂਚਰੀ ਲਾਤੀ। ਬੋਲਾਂ ਕਿੰਨੀਆਂ ਖੇਡੀਆਂ ਨੇ, 32 ਬਾਲਾਂ 'ਤੇ ਸੈਂਚਰੀ ਲਾਤੀ, ਹਰ ਬੋਲ 'ਤੇ 3 ਰਨ ਤੋਂ ਵੱਧ ਬਣ ਗਏ, ਐਵਰੇਜ ਪਾ ਲਈ 32-96। ਸੋ ਬਹੁਤ ਵਧੀਆ ਯੰਗ ਟੈਲੈਂਟ ਇੱਥੇ ਪਲ ਰਿਹਾ। ਮੈਂ ਕੋਸ਼ਿਸ਼ ਕਰ ਰਿਹਾ ਕਿ IPL ਦੇ ਜਿਹੜੇ ਕੁਛ ਦੋਸਤ ਨੇ ਮੇਰੇ ਟੀਮਾਂ ਦੇ, ਜਿਹੜੇ ਮਾਲਕ ਨੇ ਜਾਂ ਕੋਚ ਨੇ, ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਕੋਈ ਬੰਦਾ ਇਹੋ ਜਿਹੇ ਟੂਰਨਾਮੈਂਟ ਦਿਖਾਈਏ, ਤਾਂ ਕਿ ਇਹੋ ਜਿਹੇ ਸਾਡੇ ਹੀਰੇ ਜਿਹੜੇ ਨੇ ਉਹ ਆਉਣ ਵਾਲੇ IPL 'ਚ, ਕੋਈ ਬੈਂਗਲੌਰ ਵੱਲੋਂ, ਕੋਈ ਚੇਨਈ ਵੱਲੋਂ, ਕੋਈ ਦਿੱਲੀ ਵੱਲੋਂ, ਕੋਈ ਰਾਜਸਥਾਨ ਵੱਲੋਂ, ਕੋਈ ਪੰਜਾਬ ਵੱਲੋਂ ਖੇਡਦਾ ਹੋਵੇ, ਤਾਂ ਕਿ ਸਾਡੇ ਜਿਹੜੇ ਮੁੰਡੇ ਨੇ ਆਉਣ ਵਾਲੇ ਅਪਕਮਿੰਗ ਜਨਰੇਸ਼ਨ, ਉਹਨਾਂ ਨੂੰ ਇਹ
प्रेरणा मिल सके कि असी भी अंबरां ते जा सकते। इनकलाब जिंदाबाद।